साथियों, आज पूरी दुनिया भारत भूमि नूं अवसरां दी भूमि उस विच सब तों पहली कतार विच रखदा है। अज भारत उस स्टेज ते है जदों वड्डियां आलमी चुनौतियां दे हल विच ਭਾਰਤ ਵੱਡੀ ਭੂਮਿਕਾ ਨਿਭਾ ਰਿਹਾ ਹੈ। ਅਰਥ ਵਿਵਸਥਾ ਹੋਵੇ, ਵਿਗਿਆਨ ਹੋਵੇ, ਅਨੁਸੰਧਾਨ ਹੋਵੇ, ਖੇਡਾਂ ਹੋਣ, ਨੀਤੀ ਰਣਨੀਤੀ ਹੋਵੇ, ਅੱਜ ਹਰ ਪਹਿਲੂ ਵਿੱਚ ਭਾਰਤ ਨਵੀਂ ਬੁਲੰਦੀ ਵੱਲ ਜਾ ਰਿਹਾ ਹੈ। ਅਤੇ ਇਸ ਲਈ ਹੀ ਮੈਂ ਲਾਲ ਕਿਲ੍ਹੇ ਤੋਂ ਕਿਹਾ ਸੀ, ਇਹੀ ਸਮਾਂ ਹੈ, ਸਹੀ ਸਮਾਂ ਹੈ, ਇਹ ਭਾਰਤ ਦਾ ਸਮਾਂ ਹੈ। ਆਉਣ ਵਾਲੇ 25 ਸਾਲ ਭਾਰਤ ਦੀ ਸਮਰੱਥਾ ਦੀ ਬੁਲੰਦੀ ਦਾ ਪ੍ਰਚੰਡ ਪ੍ਰਦਰਸ਼ਨ ਕਰਨਗੇ। ਅਰੇ ਇਸ ਦੇ ਲਈ ਸਾਨੂੰ ਪੰਚ ਪ੍ਰਣਾਂ 'ਤੇ ਚੱਲਣਾ ਹੋਵੇਗਾ। ਆਪਣੇ ਰਾਸ਼ਟਰੀ ਚਰਿੱਤਰ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। ਅਸੀਂ ਇੱਕ ਪਲ ਵੀ ਗਵਾਉਣਾ ਨਹੀਂ ਹੈ, ਅਸੀਂ ਇੱਕ ਪਲ ਵੀ ਠਹਿਰਨਾ ਨਹੀਂ ਹੈ। ਗੁਰੂਆਂ ਨੇ ਸਾਨੂੰ ਇਹੀ ਸਿੱਖਿਆ ਉਦੋਂ ਵੀ ਦਿੱਤੀ ਸੀ ਅਤੇ ਉਹਨਾਂ ਦੀ ਇਹੀ ਸਿੱਖਿਆ ਅੱਜ ਵੀ ਹੈ। ਅਸੀਂ ਇਸ ਮਿੱਟੀ ਦੀ ਆਨ ਬਾਨ ਅਤੇ ਸ਼ਾਨ ਦੇ ਲਈ ਜਿਉਣਾ ਹੈ। ਅਸੀਂ ਦੇਸ਼ ਨੂੰ ਬਿਹਤਰ ਬਣਾਉਣ ਲਈ ਜੀਣਾ ਹੈ। ਅਸੀਂ ਇਸ ਮਹਾਨ ਰਾਸ਼ਟਰ ਦੀ ਸੰਤਾਨ ਦੇ ਰੂਪ ਵਿੱਚ ਦੇਸ਼ ਨੂੰ ਵਿਕਸਿਤ ਬਣਾਉਣ ਲਈ ਜਿਉਣਾ ਹੈ, ਜੁਟਣਾ ਹੈ, ਜੂਝਣਾ ਹੈ ਅਤੇ ਜੇਤੂ ਹੋ ਕੇ ਨਿਕਲਣਾ ਹੈ।